हाँ जी मिथिलेश मित्तल जी, कदों हुआ सी तुहाडा मिनी गैस्ट्रिक बाईपास? 3 मई 2013। ओके, 1.5 साल हो गया ना? हाँ जी। किन्ना वेट सी तुहाडा ऑपरेशन तो पहले? 170। ऑलमोस्ट 56 केजी कट गया ना? हाँ जी। ओके, की प्रॉब्लम्स आंदियां सी ऑपरेशन तो पहले तुहानू? प्रॉब्लम तो पहले वेट ज्यादा सी, कोई काम नहीं कर सकदा सी, किसे अगे खड़ नहीं सकदा सीगा। ओके, हुण कोई दिक्कत नहीं है जी। ਪਹਿਲਾਂ ਸਾਹ ਵੀ ਚੜਦਾ ਸੀ? ਪਹਿਲਾਂ ਸਾਹ ਵੀ ਚੜਦਾ ਸੀ, ਹੁਣ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਜੀ। ਓਕੇ, ਤੇ ਰਾਤ ਨੂੰ ਕਰਾੜੇ ਵੱਜਦੇ ਸੀ? ਹਾਂਜੀ। ਤੇ ਤਕਲੀਫ ਹੁੰਦੀ ਸੀ ਸਾਹ ਲੈਣ 'ਚ, ਉੱਠ ਕੇ ਬੈਠਣਾ ਪੈਂਦਾ ਹੋਵੇ ਸੌਣ 'ਚ ਉੱਤੇ ਪਿਆਂ ਨੂੰ? ਆਉਂਦੀ ਸੀ, ਪਹਿਲਾਂ ਆਉਂਦੀ ਸੀ, ਹੁਣ ਨਹੀਂ ਹੈਗੀ। ਓਕੇ, ਸਲੀਪ ਐਪਨੀਆ ਵੀ ਸੀ ਮਤਲਬ ਨਾ? ਹੁਣ ਕਿੰਨਾ ਫਰਕ ਮਹਿਸੂਸ ਕਰਦੇ ਹੋ? ਹੁਣ ਤਾਂ 99% ਫਰਕ ਮਹਿਸੂਸ ਕਰਦੇ। ਓਕੇ, ਤੇ ਹੁਣ ਸਾਹ ਤਾਂ ਨਹੀਂ ਚੜਦਾ, ਚੱਲਦੇ ਫਿਰਦੇ ਜਾਂ ਤਕਲੀਫ ਹੁੰਦੀ ਹੋਵੇ ਤੁਰਨ 'ਚ? ਓਕੇ, ਠੀਕ ਹੈ। ਔਰ ਡਾਇਟ ਕਿੱਦਾਂ ਚੱਲਦੀ ਹੈ? ਡਾਇਟ ਨੋਰਮਲ ਹੈ, ਪ੍ਰੋਪਰ ਹੈ ਪੂਰੀ। ਨੋਰਮਲ ਪਰਸਨ ਤੇਰਾ ਖਾ ਸਕਦੇ ਹੋ? ਹਾਂਜੀ ਹਾਂਜੀ। ਓਕੇ, ਤੇ ਵੋਮਿਟਿੰਗ ਵਗੈਰਾ ਤਾਂ ਨਹੀਂ ਹੁੰਦੀ ਖਾਣਾ ਖਾਣ ਤੋਂ ਬਾਅਦ? ਠੀਕ ਹੈ। ਇਹ ਮੀਨਿੰਗ ਗੈਸਟ੍ਰਿਕ ਬਾਈਪਾਸ 'ਚ ਇਹੀ ਇੱਕ ਚੀਜ਼ ਮਤਲਬ ਐਡਵਾਂਟੇਜ ਹੈ ਕਿ ਜਦੋਂ ਆਪਾਂ ਕੁਝ ਖਾਂਦੇ ਹਾਂ ਤਾਂ ਜਿਹੜਾ ਉਹਦਾ ਆਊਟਲੈਟ ਹੁੰਦਾ ਉਹ ਵਾਈਡਰ ਹੁੰਦਾ ਅਤੇ ਉਹ ਵੋਮਿਟ ਨਹੀਂ ਆਉਂਦੀ। ਨਹੀਂ ਆਉਂਦੀ। ਹਾਂਜੀ। ਓਕੇ, ਤੇ ਡਾਇਟ ਤੁਸੀਂ ਆਪਣੀ ਇੱਦਾਂ ਵਧੀਆ ਰੱਖਣੀ ਆ, ਦੁੱਧ ਦਹੀਂ ਲੱਸੀ ਕੱਚਾ ਪਨੀਰ ਹੋ ਗਿਆ, ਫਰੂਟਸ ਵੈਜੀਟੇਬਲਸ ਹੋ ਗਏ ਲੈਣੇ ਆ, ਤਾਂ ਕੋਈ ਕਮੀ ਪੇਸ਼ੀ ਨਾ ਹੋਵੇ ਸਰੀਰ ਵਿੱਚ। ਔਰ ਮਲਟੀ ਵਾਈਟਮਿਨਸ ਲੈ ਰਹੇ ਹੋ? ਨਹੀਂ, ਕੋਈ ਨਹੀਂ ਲੈ ਰਹੇ ਹੋ, 6 ਮਹੀਨੇ। ਅੱਛਾ, ਉਹ ਤੁਸੀਂ ਰੱਖੋ, ਰੈਗੂਲਰ ਰੱਖੋ, ਤਾਂ ਕੋਈ ਨੋਨ ਵੈਜ ਲੈ ਰਹੇ ਹੋ ਨਹੀਂ ਤੁਹਾਡੇ? ਹਾਂ ਠੀਕ ਹੈ, ਤੁਸੀਂ ਨੋਨ ਵੈਜ ਲੈਂਦੇ ਰਹੋ, ਤਾਂ ਕੋਈ ਮਤਲਬ ਕਮੀ ਪੇਸ਼ੀ ਨਾ ਹੋਵੇ ਸਰੀਰ 'ਚ। ਅਗਰ ਤੁਸੀਂ ਉਹ ਸਟਾਰਟ ਕਰ ਦਿਓ ਤਾਂ ਬੈਟਰ ਹੈ ਉਹ ਵੀ ਚੀਜ਼। ਓਕੇ, ਔਰ ਬਲੱਡ ਟੈਸਟ ਕਰਵਾਉਂਦੇ ਰਹੋ 1 ਵਾਰ ਸਾਲ ਵਿੱਚ, ਤਾਂ ਕਿ ਅਗਰ ਕੋਈ ਕਮੀ ਪੇਸ਼ੀ ਆ ਵੀ ਜਾਂਦੀ ਤਾਂ ਆਪਾਂ ਨੂੰ ਪਤਾ ਲੱਗਦਾ ਰਹੇ। ਓਕੇ ਓਕੇ, ਥੈਂਕ ਯੂ।